ਇਹ ਹੀਟ ਦਾ ਪ੍ਰਯੋਗ ਬਹੁਤ ਮਜ਼ੇਦਾਰ ਹੈ। ਤੁਹਾਨੂੰ ਇਸ ਲਈ 2 ਗਲਾਸ, 1 ਪੁਰਾਣੀ ਸੀਡੀ ਅਤੇ ਕੁਝ ਖਾਣ ਦਾ ਰੰਗ ਫੂਡ ਕਲਰ ਚਾਹੀਦਾ ਹੋਵੇਗਾ। 1 ਗਲਾਸ ਵਿੱਚ ਇਲੈਕਟ੍ਰਿਕ ਕੈਟਲ ਤੋਂ ਗਰਮ ਪਾਣੀ ਪਾਓ। ਇਸ ਗਰਮ ਪਾਣੀ ਵਿੱਚ ਕੁਝ ਫੂਡ ਕਲਰ ਪਾ ਦਿਓ ਅਤੇ ਚੰਗੀ ਤਰ੍ਹਾਂ ਹਿਲਾਓ। ਦੂਜੇ ਗਲਾਸ ਵਿੱਚ ਫਰਿੱਜ ਦਾ ਪੂਰਾ ਠੰਡਾ ਪਾਣੀ ਪਾ ਦਿਓ। 1 ਪੁਰਾਣੀ ਸੀਡੀ ਦੇ ਨਾਲ ਠੰਡੇ ਪਾਣੀ ਦੇ ਗਲਾਸ ਨੂੰ ਢੱਕ ਦਿਓ। ਹੁਣ ਤੁਸੀਂ ਆਪਣੇ ਅੰਗੂਠੇ ਅਤੇ ਉਂਗਲੀ ਨਾਲ ਗਲੀ ਨੂੰ ਬੰਦ ਕਰੋ ਅਤੇ ਉਸ ਨੂੰ ਬੰਦ ਕਰਨ ਲਈ ਇਸਤੇਮਾਲ ਕਰੋ ਅਤੇ ਇਸ ਨੂੰ ਉਲਟਾ ਕੇ ਗਰਮ ਪਾਣੀ ਵਾਲੇ ਗਲਾਸ ਵਿੱਚ ਰੱਖੋ। ਤੁਸੀਂ ਵੇਖੋਗੇ ਕਿ ਉਹ ਰੰਗਦਾਰ ਪਾਣੀ ਵੋਲਕੈਨੋ ਦੀ ਤਰ੍ਹਾਂ ਉੱਪਰ ਆ ਜਾਵੇਗਾ। ਇਸ ਦਾ ਕਾਰਨ ਹੈ ਕਨਵੈਕਸ਼ਨਲ ਕਰੰਟ ਆਫ ਹੀਟ। ਥੋੜ੍ਹੇ ਸਮੇਂ ਬਾਅਦ ਤੁਸੀਂ ਦੇਖੋਗੇ ਕਿ ਦੋਨੋਂ ਗਲਾਸਿਸ ਵਿੱਚ ਇੱਕੋ ਜਿਹੇ ਰੰਗ ਦਾ ਪਾਣੀ ਹੋਵੇਗਾ।